ਇਹ ਕਾਹਦਾ ਕੰਮ ਚੱਲਦਾ? ਮੈਨੂੰ ਕੰਮ ਦੱਸੋ ਨਾ, ਕੀ ਚੱਲਣ ਡਿਆ ਇੱਥੇ ਲੋਕਾਂ ਕੋਲ? ਮੀਂਹ ਵਾਲੇ ਦਿਨ ਮੈਨੂੰ ਪਤਾ ਨੀ ਕਿੰਨੀਆਂ ਵੀਡੀਓ ਭੇਜੀਆਂ ਲੋਕਾਂ ਨੇ। ਕਿਆ ਦੇਖੋ ਜੀ ਮੰਡੀ ਦਾ ਹਾਲ ਸਰ, ਆਪਣਾ ਇਹਨਾਂ ਨੇ ਸੀਵਰੇਜ ਦਾ ਕੀਤਾ ਵਾ ਸਰ, ਇਹ ਹੁਣ ਸਫਾਈ ਦਾ ਤੇ ਕਮੇਟੀ ਨੇ ਕਰਨਾ ਜੀ। ਆ ਜਿਹੜੀ ਆ ਸਫਾਈ ਹੈ ਸਾਰਾ, ਜੋ ਇਹ ਕਿੰਨੇ ਕਰਦਾ ਕੂੜਾ, ਇਹ ਕਮੇਟੀ ਵਾਲਿਆਂ ਨੇ। ਹਾਂ, ਇਹ ਕੂੜਾ ਕਰਕਟ ਜੋ ਵੀ ਹੋ ਜਾਏ ਇਹ ਸਫਾਈ ਦਾ ਤੇ ਇਹਨਾਂ ਨੇ ਕਰਨਾ। ਦੀਦੀ ਬਾਕੀ ਵੀ ਕੰਮ ਕਿਉਂ ਨਹੀਂ ਕੰਪਲੀਟ ਹੋਇਆ ਮੰਡੀ ਦਾ? ਤੁਹਾਨੂੰ ਮੈਂ ਕਿਹਾ ਸੀ ਝੋਨੇ ਸੀਜ਼ਨ ਤੋਂ ਪਹਿਲਾਂ ਕਰਾ, ਉਹ ਝੋਨੇ ਦਾ ਸੀਜ਼ਨ ਕਣਕ ਦਾ ਸੀਜ਼ਨ ਵੀ ਲੰਘ ਗਿਆ ਕਰਕੇ ਵੀ ਜਿਹੜਾ ਸੀਵਰੇਜ ਪਿਆ ਨਾ ਜੀ, ਉਹ ਇੱਕ ਬਰਸਾਤ ਦੀ ਵੇਟ ਕਰਨੀ ਸੀ, ਨਹੀਂ ਤਾਂ ਉਹ ਡਿਸਟਰਬ ਹੋ ਜਾਣੀ ਸੀ ਪੀਸੀ ਸਾਰੀ। ਹੁਣ ਆਹ ਬਰਸਾਤ ਲੰਘਦੇ ਸਾਰੀਆਂ ਪੀਸੀ ਪਾ ਦੇਣੀਆਂ, ਇਸ ਕਰਕੇ ਨਹੀਂ ਪੀਸੀ ਪਾਈ ਵੀ ਉਹ ਡਿਸਟਰਬ ਹੋ ਜਾਣੀ ਸੀ। ਇੱਕ ਬਰਸਾਤ ਦੀ ਦੂਰੀ ਹੈ ਸੀਵਰੇਜ ਦੇ ਉੱਤੇ ਪੈਣ 'ਤੇ, ਜਦੋਂ ਸੀਵਰੇਜ ਪਾਇਆ ਜੀ, ਹਾਂ ਸੜਕਾਂ ਦੇ ਉੱਤੇ ਸੀਵਰੇਜ ਪਿਆ ਨਾ ਜੀ, ਉਹ ਵੀ ਉੱਥੇ ਡਿਸਟਰਬ ਹੋ ਜਾਣੀ ਸੀ ਸਾਰੀ ਪੀਸੀ ਜੀ। ਨਹੀਂ 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 ਸਾਜੀ, ਇਹਦਾ ਦੱਸੋ ਕਿੱਥੇ ਪਾਣੀ ਜਾਣਾ? ਸੀਵਰੇਜ ਕਿੱਥੇ ਕਿੱਥੇ ਤੁਸੀਂ ਪਾਇਆ? ਸੀਵਰੇਜ ਕਿਹੜਾ ਖੂਹ ਕਿੰਨੇ ਭਰ ਗਿਆ? ਉੱਧਰ ਹੈ ਖੂਹ ਸਰ, ਉੱਧਰ ਬਣਿਆ। ਹਾਂ ਦਿਖਾਓ ਮੈਨੂੰ, ਦਿਖਾਓ ਕਿੱਦਾਂ ਆ। ਅੱਛਾ, ਸਾਰਾ ਕੰਮ ਤੁਹਾਡਾ ਪਿਆ ਉਦਾਂ ਹੀ ਆ ਸਰ? ਪੀਸੀ ਦਾ ਹੀ ਆ ਨਾ, ਪੀਸੀ ਪਾਣੀ ਇੱਕ ਪਾਣੀ ਹੋਰ ਆ ਜਿਹੜਾ ਆ ਇਹ ਆ ਪੋਰਸ਼ਨ ਸੀ ਨਾ, ਇਹਦੇ ਵਿੱਚ ਜਦੋਂ ਆਪਾਂ ਮੰਡੀ ਦਾ ਪ੍ਰੋਜੈਕਟ ਤਿਆਰ ਕੀਤਾ ਸੀ ਨਾ ਜੀ, ਇੱਥੇ ਸੀਸੀ ਲਈ ਸੀ ਸਾਰੇ ਜੀ, ਅਤੇ ਉਹ ਸੀਸੀ ਵਾਲਾ ਉਹਨਾਂ ਨੇ ਐਸਟੀਮੇਟ ਨਹੀਂ ਪਾਸ ਕੀਤਾ, ਜਿਹੜਾ ਪੀਸੀ ਵਾਲਾ ਵਾ ਉਹ ਆਹ ਸਾਰਾ ਏਰੀਆ ਮਤਲਬ ਇਹਦੇ ਵਿੱਚ ਕੰਮ ਦੇ ਵਿੱਚ ਰਹਿ ਗਿਆ ਜੀ, ਇਹ ਨਹੀਂ ਹੈਗਾ ਜੀ। ਹਾਂ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਫਾਈ ਸਰ, ਰੋਡ ਗਲੀਆਂ ਪਈਆਂ ਸਾਰਾ ਕੁਝ, ਬੇਤੀ ਤਜਾਬ ਰੋਡ ਗਲੀਆਂ, ਇਹਦੇ ਵਿੱਚ ਪਾਣੀ ਜਾਂਦਾ ਨਾਲ ਹੀ ਸਾਰਾ ਸਫਾਈ ਦਾ ਹੁਣ ਕਰਿਆ ਰਿਹਾ ਇਹਦੇ ਵਿੱਚ। ਆਹ ਦੇਖੋ ਮੰਡੀ ਦਾ ਕੀ ਬਣਿਆ ਸਫਾਈ ਸਰ, ਮਿੱਟੀ ਨੇ ਕਰਾਉਣੀ ਹੈ। ਦੀਦੀ ਦੀ ਮਾਰਕੀਟ ਕਿੱਥੇ ਕਿ ਸੈਕਟਰੀ ਸਾਹਿਬ? ਹਾਂਜੀ ਹਾਂਜੀ। ਇਹ ਸਰ ਕੀ ਬਣਿਆ? ਆ ਕੀ ਆ ਮੰਡੀ ਦਾ? ਦੀਦੀ ਦੁਬਾਰਾ ਕਿੱਦਾਂ ਹੋ ਗਿਆ? ਆਪਣੇ ਕੋਲ ਮੰਡੀ ਨਹੀਂ ਕਲੀਨ ਹੋਣ ਡੀ? ਤੁਸੀਂ ਮੰਡੀ ਦਾ ਯਾਰ ਇੰਨਾ ਪੈਸੇ ਲਿਆ ਕੇ ਦਿੱਤੇ, ਤੁਸੀਂ ਮੰਡੀ ਦਾ ਸੱਤਿਆਨਾਸ਼ ਕਰੀ ਜਾਂਦੇ ਹੋ, ਇਹ ਕਿੰਨੇ ਕਰਦੀ ਹੈ ਤੁਹਾਡੀ ਡਿਊਟੀ? ਨਹੀਂ ਜੀ ਚਾਹੂਗਾ, ਆਪਾਂ ਮੋਟਰ ਕਿਉਂ ਨਹੀਂ ਲੱਗੀ ਇਹ ਦੱਸੋ, ਕਿੰਨੇ ਦੇਣਾ ਕਨੈਕਸ਼ਨ? ਤੁਸੀਂ ਕਨੈਕਸ਼ਨ ਅਪਲਾਈ ਕੀਤਾ? ਅਪਲਾਈ ਕੀਤਾ ਸਰ। ਤੇ ਕਿਉਂ ਨਹੀਂ ਦੇਣ? ਹਾਂਜੀ ਕੀਤਾ ਸਰ, ਇੱਕ ਦਿਨ ਵਿੱਚ ਮਿਲ ਜੂਗਾ ਜੀ। ਹਾਂ ਕਦੋਂ ਦੇ ਲੱਗਣਾ ਵੱਟ ਵੱਟ? ਹਾਂ ਉਹਨੇ ਕਿਹਾ ਵੈਸੇ ਚਲਾ ਲਓ, ਅੱਜ ਤਾਰ ਲਾਤੀ ਵੈਸੇ। ਤਾਰ ਕਿਉਂ ਲਾਤੀ? ਤੁਸੀਂ ਗਏ ਤੁਸੀਂ ਕੰਮ ਕਰਦੇ? ਜਮਾ ਕਰਾਤੇ ਨੇ, ਸ਼ੁਰੂ ਅਪਲਾਈ ਹੈ ਜੀ, 130 ਰੁਪਏ ਸਕਾਊਂਟ ਜਮਾ ਕਰਾ। ਸਰ ਕਨੈਕਸ਼ਨ ਅਪਲਾਈ ਨੂੰ ਕੀ ਕਰਦੇ? ਆਪਾਂ ਨੂੰ ਸਰ ਕਨੈਕਸ਼ਨ ਲਾਓ, ਇੱਥੇ ਪਾਣੀ ਕਿਉਂ ਖਲੋਂਦਾ? ਬਸ ਗੱਲ ਇੰਨੀ ਹੈ। ਤਿੰਨ ਦਿਨ ਚ ਰਿਪੋਰਟ ਕਰਦੇ ਆ ਜੀ, ਜੇ ਕੋਈ ਮੁਸ਼ਕਲ ਆਊ ਤਾਂ ਤੁਹਾਨੂੰ ਦੱਸ ਦਿਆਂ ਜੀ, ਤਿੰਨ ਦਿਨ ਚ ਰਿਪੋਰਟ ਕਰਦੇ ਆ, ਲਵਾ ਕੇ ਜੇ ਕੋਈ ਮੁਸ਼ਕਲ ਆਊਗੀ ਜੀ ਤੁਹਾਨੂੰ ਦੱਸ ਦਿਆਂ ਜੀ, ਨਹੀਂ ਲੱਗਦਾ। ਹਾਂ ਫਿਰ ਤੁਹਾਨੂੰ ਤੁਹਾਡੇ ਕਨੈਕਸ਼ਨ ਕਰਨਾ ਜੀ, ਸਾਨੂੰ ਕੋਈ ਮੁਸ਼ਕਲ ਤਾਰ ਕੇ ਇਹਨਾਂ ਮੋਟਰਾਂ ਫਿੱਟ ਇਹਨਾਂ ਕਰਾਉਣੀਆਂ ਜੀ, ਇਹ ਮੋਟਰਾਂ ਫਿੱਟ ਕਰਾ ਦੇਣ ਤੇ ਲਾਗੇ ਟ੍ਰਾਂਸਫਰ ਹੈ, ਫਿਟਿੰਗ ਕਰਾਉਣ ਬਸ ਕਨੈਕਸ਼ਨ ਹੋਣ ਚਾਹੀਦਾ। ਮੋਟਰ ਫਿੱਟ ਹੋ ਜਾਂਦਾ? ਕੀ ਬਾਤ ਅੱਜ? ਅੱਜ ਵੀਰਵਾਰ। ਹਾਂਜੀ 100 ਵਾਰ ਚਾਲੂ ਚਾਹੀਦਾ ਜੀ, ਮੈਂ 100 ਵਾਰ ਸਵੇਰੇ ਫਿਰ ਇੱਥੇ ਆ ਜਾਣਾ। ਸੀਵਰੇਜ ਦਾ ਕੰਮ ਕਰੋ ਐਸ। ਹਾਂ ਸੀਵਰੇਜ ਬਹੁਤ ਤੁਹਾਡਾ ਕਰਨੀ ਹੈ। ਕਾਲ ਦੱਸ ਦਿਓ, ਇੱਕੋ ਜੇ ਕਾਲ ਜੀ, ਇੱਕੋ ਜੇ ਇੱਕੋ ਜੇ ਕਾਲ ਦੱਸ ਦਿਓ। ਆਜੋ 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 ਕਾਲ ਦੱਸ ਦਿਓ। ਸੈਕਟਰੀ ਸਾਹਿਬ ਇੱਕ ਗੰਦ ਜਿਹੜਾ ਨਾ ਸਾਡੇ ਆ, ਸਾਫ਼ ਹੋਣਾ ਚਾਹੀਦਾ ਮੰਡੀ। ਹਾਂ ਕਿੰਨਾ ਬੰਦਾ ਹਾਲ ਕਰਤਾ ਤੁਸੀਂ ਮੰਡੀ ਦਾ, ਇੰਨਾ ਪੈਸੇ ਲਾਏ ਆਪਾਂ ਨੂੰ ਕੀ ਫਾਇਦਾ ਹੋਇਆ ਯਾਰ?